हेलो फ्रेंड्स, साढ़े इस यूट्यूब चैनल दी स्टडी मीटे ते तुहाडा स्वागत है। इस वीडियो विच आपां जनरल नॉलेज दे ओह क्वेश्चन करांगे जो कि पीपीएससी द्वारा कंडक्ट करवाए गए किसी ना किसी पोज दे एग्जाम विच पूछे जा चुके हैं। यह है थर्ड पार्ट। फर्स्ट दो पार्ट आपां ऑलरेडी कवर कर चुके हैं। जेकर तुसीं हजे तक फर्स्ट दो पार्ट नहीं देखे तो स्क्रीन दे अपर राइट कॉर्नर ते उन्हां दो पार्ट से प्लेलिस्ट दा लिंक देख सकते हो ते उस ते क्लिक करके तुसीं ओह वीडियोस देख सकते हो। ਇਹ ਵੀਡੀਓ ਉਹਨਾਂ ਸਾਰੇ ਕੈਂਡੀਡੇਟਸ ਦੇ ਲਈ ਕਾਫੀ ਹੈਲਪਫੁਲ ਹੋਏਗੀ ਜੋ ਕਿ ਪੀਪੀਐਸਸੀ ਦੀ ਕਿਸੇ ਵੀ ਪੋਸਟ ਲਈ ਤਿਆਰੀ ਕਰ ਰਹੇ ਆ ਜਾਂ ਪੰਜਾਬ ਦੇ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ। ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਪਾਰਟ 3। ਫਸਟ ਕੁਐਸਚਨ ਹੈ, ਵਿਚ ਵਨ ਆਫ ਦ ਫੋਲੋਇੰਗ ਬਿੱਲਸ ਮਸਟ ਬੀ ਪਾਸਡ ਬਾਈ ਈਚ ਹਾਊਸ ਆਫ ਦ ਇੰਡੀਅਨ ਪਾਰਲੀਮੈਂਟ ਸੈਪਰੇਟਲੀ ਬਾਈ ਸਪੈਸ਼ਲ ਮੈਜੋਰਿਟੀ। ਇਹਨਾਂ ਦੇ ਵਿੱਚੋਂ ਉਹ ਕਿਹੜਾ ਬਿੱਲ ਹੈ ਜੋ ਕਿ ਇੰਡੀਅਨ ਪਾਰਲੀਮੈਂਟ ਦੇ ਵਿੱਚ ਹਰੇਕ ਹਾਊਸ ਵੱਲੋਂ ਸੈਪਰੇਟਲੀ ਸਪੈਸ਼ਲ ਮੈਜੋਰਿਟੀ ਦੇ ਨਾਲ ਪਾਸ ਕੀਤਾ ਜਾਂਦਾ ਹੈ? ਦੇਖੋ, ਫਸਟ ਹੈ ਆਰਡਨਰੀ ਬਿੱਲ, ਇਸ ਦੇ ਵਿੱਚ ਸਿੰਪਲ ਮੈਜੋਰਿਟੀ ਚਾਹੀਦੀ ਹੁੰਦੀ ਹੈ। ਮਨੀ ਬਿੱਲ ਦੇ ਵਿੱਚ ਵੀ ਕੀ ਹੈ? ਸਿੰਪਲ ਮੈਜੋਰਿਟੀ ਚਾਹੀਦੀ ਹੁੰਦੀ ਹੈ। ਨੈਕਸਟ ਹੈ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਦੇਖੋ, ਜੋ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੈ ਉਹ ਦੋਨੇ ਹਾਊਸਿਸ ਦੇ ਵਿੱਚੋਂ ਸੈਪਰੇਟਲੀ ਬਾਏ ਸਪੈਸ਼ਲ ਮੈਜੋਰਿਟੀ ਪਾਸ ਹੋਣਾ ਚਾਹੀਦਾ ਹੁੰਦਾ ਹੈ। ਤਾਂ ਇਸ ਆਨਸਰ ਆਏਗਾ ਸੀ ਆਪਸ਼ਨ, ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ। ਨੈਕਸਟ ਕੁਐਸਚਨ ਹੈ, ਦ ਲਾਅ ਆਫ ਡਿਮਾਂਡ ਸਟੇਟਸ ਦੈਟ ਵੈਨ ਦ ਪ੍ਰਾਈਸ ਆਫ ਅ ਕਮੋਡਿਟੀ ਇਨਕਰੀਜ਼ਸ। ਜੋ ਲਾਅ ਆਫ ਡਿਮਾਂਡ ਹੈ ਉਹ ਸਟੇਟ ਕਰਦਾ ਹੈ ਕਿ ਜਦੋਂ ਕਿਸੇ ਕਮਿਊਨਿਟੀ ਦੀ ਪ੍ਰਾਈਸ ਇਨਕਰੀਜ਼ ਹੁੰਦੀ ਹੈ ਤਾਂ ਉਸ ਨਾਲ ਕੀ ਹੁੰਦਾ ਹੈ। ਲਾਅ ਆਫ ਡਿਮਾਂਡ ਦੇ ਅਕੋਰਡਿੰਗ ਜਦੋਂ ਕਿਸੇ ਕਮਿਊਨਿਟੀ ਦੀ ਪ੍ਰਾਈਸ ਹੈ ਜੋ ਉਹ ਇਨਕਰੀਜ਼ ਹੁੰਦੀ ਹੈ ਤਾਂ ਉਸ ਕਮਿਊਨਿਟੀ ਦੀ ਜੋ ਕੁਆਂਟਿਟੀ ਡਿਮਾਂਡ ਹੈ ਉਹ ਘੱਟ ਜਾਂਦੀ ਹੈ। ਤਾਂ ਇਸ ਆਨਸਰ ਆਏਗਾ ਏ ਆਪਸ਼ਨ, ਦ ਕੁਆਂਟਿਟੀ ਡਿਮਾਂਡਿਡ ਨੋਰਮਲੀ ਫਾਲਸ। ਨੈਕਸਟ ਕੁਐਸਚਨ ਹੈ, ਨੋਰਮਲ ਗੁੱਡਸ ਐਂਡ ਇਨਫੀਰੀਅਰ ਗੁੱਡਸ ਆਰ ਰਿਲੇਟਿਡ ਟੂ। ਨੋਰਮਲ ਗੁੱਡਸ ਅਤੇ ਇਨਫੀਰੀਅਰ ਗੁੱਡਸ ਕਿਸ ਦੇ ਨਾਲ ਰਿਲੇਟਿਡ ਹੈ? ਇਹ ਰਿਲੇਟਿਡ ਹੈ ਦ ਲਾਅ ਆਫ ਡਿਮਾਂਡ ਦੇ ਨਾਲ, ਏ ਆਪਸ਼ਨ। ਨੈਕਸਟ ਕੁਐਸਚਨ ਹੈ, ਵਟ ਵਾਜ਼ ਦ ਰੀਜ਼ਨ ਫੋਰ ਮਹਾਤਮਾ ਗਾਂਧੀ ਟੂ ਆਰਗੇਨਾਈਜ਼ ਦ ਸੱਤਿਆਗ੍ਰਹਿ ਔਨ ਬਿਹਾਫ ਆਫ ਦ ਪੀਜ਼ੈਂਟਸ ਆਫ ਖੇੜਾ। ਖੇੜਾ ਦੇ ਪੀਜ਼ੈਂਟਸ ਦੇ ਬਿਹਾਫ 'ਤੇ ਮਹਾਤਮਾ ਗਾਂਧੀ ਨੇ ਇੱਕ ਸੱਤਿਆਗ੍ਰਹਿ ਆਰਗੇਨਾਈਜ਼ ਕੀਤਾ ਸੀ, ਤਾਂ ਉਸਦਾ ਰੀਜ਼ਨ ਕੀ ਸੀ? ਫਸਟ ਪੁਆਇੰਟ ਹੈ, ਦ ਐਡਮਿਨਿਸਟ੍ਰੇਸ਼ਨ ਡਿਡ ਨਾਟ ਸਸਪੈਂਡ ਦ ਲੈਂਡ ਰੈਵਨਿਊ ਕੁਲੈਕਸ਼ਨ ਇਨ ਸਪਾਈਟ ਆਫ ਅ ਡਰੋਟ। ਦੇਖੋ ਕੀ ਸੀ ਕਿ ਐਡਮਿਨਿਸਟ੍ਰੇਸ਼ਨ ਸੀ ਜੋ ਉਹ ਲੈਂਡ ਦਾ ਟੈਕਸ ਲੈਂਦੀ ਸੀ ਪੀਜ਼ੈਂਟਸ ਤੋਂ, ਬਟ ਉਸ ਟਾਈਮ ਸੋਕਾ ਬੈਨ ਕਰਕੇ ਜੋ ਕ੍ਰੋਪ ਸੀ ਉਹ ਬਰਬਾਦ ਹੋ ਗਈਆਂ ਸੀ, ਪਰ ਫਿਰ ਵੀ ਐਡਮਿਨਿਸਟ੍ਰੇਸ਼ਨ ਨੇ ਟੈਕਸ ਲੈਣਾ ਬੰਦ ਨਹੀਂ ਕੀਤਾ ਸੀ। ਇਸੇ ਕਰਕੇ ਮਹਾਤਮਾ ਗਾਂਧੀ ਜੀ ਨੇ ਕੀਤਾ ਸੀ ਖੇੜਾ ਸੱਤਿਆਗ੍ਰਹਿ। ਤਾਂ ਇਹਦਾ ਮਤਲਬ ਕੀ ਹੈ ਕਿ ਫਸਟ ਪੁਆਇੰਟ ਠੀਕ ਹੈ, ਹੁਣ ਆਪਾਂ ਨੈਕਸਟ ਦੇਖਦੇ ਹਾਂ। ਦ ਐਡਮਿਨਿਸਟ੍ਰੇਸ਼ਨ ਪ੍ਰਪੋਜ਼ ਟੂ ਇੰਟਰੋਡਿਊਸ ਪਰਮਾਨੈਂਟ ਸੈਟਲਮੈਂਟ ਇਨ ਗੁਜਰਾਤ, ਇਹ ਗਲਤ ਹੈ। ਤਾਂ ਇਸਦਾ ਆਨਸਰ ਆਏਗਾ ਓਨਲੀ ਵਨ, ਇਹ ਆਪਸ਼ਨ। ਨੈਕਸਟ ਕੁਐਸਚਨ ਹੈ, ਹੂ ਇੰਟਰੋਡਿਊਸ ਦ ਪਰਮਾਨੈਂਟ ਸੈਟਲਮੈਂਟ ਆਫ 1793। 1793 ਦਾ ਪਰਮਾਨੈਂਟ ਸੈਟਲਮੈਂਟ ਕਿਸ ਨੇ ਇੰਟਰੋਡਿਊਸ ਕੀਤਾ ਸੀ? ਇਹ ਇੰਟਰੋਡਿਊਸ ਕੀਤਾ ਸੀ ਕੋਰਨਵਾਲਿਸ ਨੇ, ਬੀ ਆਪਸ਼ਨ। ਨੈਕਸਟ ਕੁਐਸਚਨ ਹੈ, ਵੈਨ ਐਂਡ ਵੇਅਰ ਡਿਡ ਦ ਸਵਦੇਸ਼ੀ ਮੂਵਮੈਂਟ ਬਿਗੇਨ। ਸਵਦੇਸ਼ੀ ਮੂਵਮੈਂਟ ਕਿੱਥੇ ਅਤੇ ਕਦੋਂ ਸਟਾਰਟ ਹੋਈ ਸੀ? ਦੇਖੋ ਕਦੋਂ ਸਟਾਰਟ ਹੋਈ ਸੀ, ਇਹ ਹੋਈ ਸੀ 1905 ਦੇ ਵਿੱਚ, ਅਤੇ ਕਿੱਥੇ ਹੋਈ ਸੀ? ਬੰਗਾਲ ਦੇ ਵਿੱਚ, ਇਹ ਆਪਸ਼ਨ। ਨੈਕਸਟ ਕੁਐਸਚਨ ਹੈ, ਦ ਨੈਸ਼ਨਲ ਇਨਕਮ ਆਫ ਅਵਰ ਕੰਟਰੀ ਇਜ਼ ਦਾ। ਜੇ ਆਪਾਂ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ? ਦੇਖੋ ਜੋ ਨੈਸ਼ਨਲ ਇਨਕਮ ਹੁੰਦੀ ਹੈ ਉਹ ਕੀ ਹੁੰਦੀ ਹੈ? ਨੈਸ਼ਨਲ ਇਨਕਮ ਹੁੰਦੀ ਹੈ ਇੱਕ ਸਾਲ ਦੇ ਵਿੱਚ ਇੱਕ ਕੰਟਰੀ ਦੁਆਰਾ ਅਰਨ ਕੀਤੀ ਹੋਈ ਟੋਟਲ ਮਨੀ। ਅਤੇ ਜੇ ਆਪਾਂ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਉਹ ਹੁੰਦੀ ਹੈ ਗਰੋਸ ਨੈਸ਼ਨਲ ਪ੍ਰੋਡਕਟ ਮਾਈਨਸ ਡੈਪਰੀਸੀਏਸ਼ਨ। ਤਾਂ ਇਸ ਆਨਸਰ ਆਏਗਾ ਡੀ ਆਪਸ਼ਨ। ਜੇ ਆਪਾਂ ਇਹ ਦੇਖੀਏ ਕਿ ਕੰਟਰੀ ਦੇ ਵਿੱਚ ਜਿੰਨੇ ਵੀ ਨੈਸ਼ਨਲਸ ਹੈ ਉਹਨਾਂ ਨੇ ਜੋ ਫਿਨਿਸ਼ਡ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀਆਂ, ਇਕੱਲੀਆਂ ਫਿਨਿਸ਼ਡ ਲਗਾਉਣੀਆਂ, ਠੀਕ ਹੈ? ਤਾਂ ਫਿਨਿਸ਼ਡ ਗੁੱਡਸ ਐਂਡ ਸਰਵਿਸਿਜ਼ ਦੀ ਜੋ ਵੈਲਿਊ ਹੈ ਉਹ ਹੁੰਦੀ ਹੈ ਗਰੋਸ ਨੈਸ਼ਨਲ ਪ੍ਰੋਡਕਟ। ਅਤੇ ਡੈਪਰੀਸੀਏਸ਼ਨ ਕੀ ਹੁੰਦੀ ਹੈ? ਡੈਪਰੀਸੀਏਸ਼ਨ ਹੁੰਦੀ ਹੈ ਇੱਕ ਸਾਲ ਦੇ ਵਿੱਚ ਜੋ ਐਸੈਟਸ ਦੀ ਵੈਲਿਊ ਘਟੀ ਹੈ, ਕੁਛ ਕੁ ਟਾਈਮ ਕਰਕੇ ਘੱਟ ਜਾਂਦੀ ਹੈ, ਟਾਈਮ ਨਾਲ ਚੀਜ਼ ਦੀ ਵੈਲਿਊ ਘੱਟਦੀ ਰਹਿੰਦੀ ਹੈ, ਜਾਂ ਫਿਰ ਡਿਊ ਟੂ ਟੀਅਰ ਐਂਡ ਵੀਅਰ, ਠੀਕ ਹੈ? ਤਾਂ ਇਸ ਆਨਸਰ ਆਏਗਾ ਗਰੋਸ ਨੈਸ਼ਨਲ ਪ੍ਰੋਡਕਟ ਲੈਸ ਡੈਪਰੀਸੀਏਸ਼ਨ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਰੈਵਨਿਊ ਸੈਟਲਮੈਂਟਸ ਡਿਡ ਦ ਬ੍ਰਿਟਿਸ਼ ਇੰਟਰੋਡਿਊਸ ਇਨ ਪੰਜਾਬ। ਇਹਨਾਂ ਦੇ ਵਿੱਚੋਂ ਬ੍ਰਿਟਿਸ਼ਰਸ ਨੇ ਪੰਜਾਬ ਦੇ ਵਿੱਚ ਕਿਹੜੀ ਰੈਵਨਿਊ ਸੈਟਲਮੈਂਟ ਕੀਤੀ ਸੀ? ਤਾਂ ਇਹ ਸੀ ਮਹਿਲਵਾੜੀ ਸੈਟਲਮੈਂਟ, ਸੀ ਆਪਸ਼ਨ। ਮਹਿਲਵਾੜੀ ਜੋ ਸਿਸਟਮ ਸੀ ਉਸਨੂੰ ਇੰਟਰੋਡਿਊਸ ਕੀਤਾ ਸੀ ਵਿਲੀਅਮ ਬੈਂਟਿਕ ਨੇ 1833 ਦੇ ਵਿੱਚ।
नेक्स्ट क्वेश्चन है, इकोनॉमिक्स इज अ स्टडी ऑफ, इकोनॉमिक्स की हुंदी है, देखो ये हुंदी है कि सोसाइटी किवें डिसाइड कर दी है कि की प्रोड्यूस करना है, किदे लिए प्रोड्यूस करना है ते किवें प्रोड्यूस करना है। तो इसका आंसर आएगा डी ऑप्शन, हाउ द सोसाइटी डिसाइड्स व्हाट टू प्रोड्यूस, फॉर होम टू प्रोड्यूस एंड हाउ टू प्रोड्यूस। नेक्स्ट क्वेश्चन है, इन अ मिक्सड इकोनमी सेटअप, मिक्सड इकोनमी दे विच की हुंदा है, मिक्सड इकोनमी दे विच की हुंदा है कि जो डिसीजनस है, जो इकोनॉमिक डिसीजनस है, वह गवर्नमेंट भी लैंदी है ते मार्केट भी लैंदी है। तो इसका आंसर आएगा बी ऑप्शन, इकोनॉमिक डिसीजनस आर टेकन बाय गवर्नमेंट एंड द मार्केट। नेक्स्ट क्वेश्चन है, मैच द फॉलोइंग, अपन इन्हें नू मैच करना है। फर्स्ट है पंजाब केसरी, पंजाब केसरी किसने स्टार्ट किया सी, ए स्टार्ट किया सी लाला जगत नारायण ने, तो फर्स्ट दे नाल टू आएगा। नेक्स्ट है मराठा, मराठा स्टार्ट किया सी बाल गंगाधर तिलक ने। नेक्स्ट है आनंद मठ, आनंद मठ एक नॉवल का नेम है जो कि लिखा सी बंकिम चंद्र चैटर्जी ने। नेक्स्ट है गोरा, गोरा भी एक नॉवल है जो कि लिखा गया सी रविंद्र नाथ टैगोर जी द्वारा। तो इसका आंसर आएगा डी ऑप्शन। नेक्स्ट क्वेश्चन है, द बैटल ऑफ प्लासी वॉज फॉट बिटवीन द, बैटल ऑफ प्लासी किदे विच लड़ी गई सी। देखो बैटल ऑफ प्लासी जो लड़ी गई सी, वो लड़ी गई सी 1757 दे विच बिटवीन इंग्लिश ईस्ट इंडिया कंपनी एंड नवाब ऑफ बंगाल। तो जो इंग्लिश ईस्ट इंडिया कंपनी है उधरले पासो जो इन्हें दे लीडर सी, वो कौन सी, वो सी रॉबर्ट क्लाइव। नेक्स्ट क्वेश्चन है, हु फाउंडेड द गदर पार्टी इन 1913, 1913 दे विच गदर पार्टी किसने फाउंड की थी सी। तो ये फाउंड की थी सी लाला हरदयाल ने, ए ऑप्शन। नेक्स्ट क्वेश्चन है, हु वॉज द फर्स्ट इंडियन रूलर हु इंस्क्राइब्ड हिज मैसेजेस ऑन रॉक्स एंड स्टोन पिलर्स। अब ने वह फर्स्ट इंडियन रूलर का नाम दसना है जिसने के अपने मैसेज नू रॉक्स से स्टोन पिलर के उत्ते इंस्क्राइब किया सी। तो इन्हों का नाम सी अशोक, बी ऑप्शन। नेक्स्ट क्वेश्चन है, द इंस्पिरेशन ऑफ लिबर्टी इक्वेलिटी एंड फर्टिनिटी वॉज ड्राइव फ्रॉम, जो लिबर्टी इक्वेलिटी ते फर्टिनिटी दी इंस्पिरेशन है वो कितों ड्राइव हुई सी, ए ड्राइव हुई सी फ्रेंच रेवोल्यूशन तो। तो इसका आंसर आएगा ए ऑप्शन, फ्रेंच रेवोल्यूशन। नेक्स्ट क्वेश्चन है, विच वन ऑफ द फॉलोइंग डिस्क्राइब्स इंडिया एज अ सैक्रुअल स्टेट, इन्हों के विचों किदे विच ये डिस्क्राइब किया होया कि इंडिया एक सैकुलर स्टेट है, इंडिया एक सैकुलर स्टेट है, यह डिस्क्राइब किया होया प्रीएम्बल ऑफ द कॉन्स्टिट्यूशन दे विच। तो इसका आंसर आएगा सी ऑप्शन, प्रीएम्बल ऑफ द कॉन्स्टिट्यूशन। नेक्स्ट क्वेश्चन है, विच कॉन्स्टिट्यूशनल अमेंडमेंट एक्ट डील्स विद पंचायती राज इंस्टीट्यूशन इन इंडिया, इन्हों के विचों केड़ी कॉन्स्टिट्यूशनल अमेंडमेंट एक्ट है जेड़ा कि डील करता है पंचायती राज इंस्टीट्यूशन दे नाल, तो वो है 73वीं अमेंडमेंट। तो इसका आंसर आएगा सी ऑप्शन, 73rd अमेंडमेंट एक्ट। नेक्स्ट क्वेश्चन है, हु अमंग द फॉलोइंग लीड द चिटागोंग आर्मी रेड, इन्हों के विचों चिटागोंग आर्मी रेड नू किसने लीड किया सी। तो इसनों लीड किया सी सूर्य सेन ने। तो इसका आंसर आएगा बी ऑप्शन, सूर्य सेन। नेक्स्ट क्वेश्चन है, वेयर वॉज लाला लाजपत राय डिपोर्टेड विदाउट ट्रायल इन 1907, लाला लाजपत राय जी नू बिना ट्रायल तो 1907 दे विच कित्थे डिपोर्ट कर दिता सी, इन्हां नू कीता सी मांडले जेल दे विच। तो इसका आंसर आएगा बी ऑप्शन, मांडले। नेक्स्ट क्वेश्चन है, इबन बतूता द 14th सेंचुरी ट्रैवल टू इंडिया वॉज फ्रॉम, जो इबन बतूता है जो कि 14th सेंचुरी दे विच इंडिया आया सी, तो ओहो कितों है, तो ओ सी मोरक्को तो। तो इसका आंसर आएगा डी ऑप्शन, मोरक्को। नेक्स्ट क्वेश्चन है, रिट ऑफ मैंडामस, मैंडामस दे रिट की है, तो यह इशू की जाती है सुपीरियर कोर्ट द्वारा जिदे विच ओ कमांड करती है किसी ऑफिसर नू या पर्टिकुलर अथॉरिटी नू कुछ स्पेसिफिक एक्ट करन दे लई। तो इसका आंसर आएगा डी ऑप्शन, अ रिट फ्रॉम अ सुपीरियर कोर्ट कमांडिंग सम ऑफिसर और पर्टिकुलर अथॉरिटी टू डू अ स्पेसिफिक एक्ट। नेक्स्ट क्वेश्चन है, व्हाट डिड महात्मा गांधी डू टुवर्ड्स द एंड ऑफ द डांडी मार्च इन 1930, 1930 के जो डांडी मार्च हुई सी
ਉਸ ਦੇ ਲਾਸਟ ਤੇ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ ਸੀ? ਦੇਖੋ, ਜੋ ਡਾਂਡੀ ਮਾਰਚ ਸੀ ਉਹ ਪਾਰਟ ਸੀ ਸਿਵਲ ਡਿਸਓਬੀਡੈਂਸ ਮੂਵਮੈਂਟ ਦਾ, ਤਾਂ ਉਸ ਦੇ ਐਂਡ ਤੇ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ ਸੀ? ਉਹਨਾਂ ਨੇ ਸਾਲਟ ਲਾਅ ਨੂੰ ਬ੍ਰੇਕ ਕੀਤਾ ਸੀ। ਤਾਂ ਇਸ ਦਾ ਆਨਸਰ ਆਏਗਾ ਬੀ ਆਪਸ਼ਨ, ਬ੍ਰੋਕ ਦਾ ਸਾਲਟ ਬਾਈ ਬੋਇਲਿੰਗ ਸੀ ਵਾਟਰ। ਉਹਨਾਂ ਨੇ ਸੀ ਵਾਟਰ ਨੂੰ ਬੋਇਲ ਕਰਕੇ ਸਾਲਟ ਲਾਅ ਨੂੰ ਬ੍ਰੋਕ ਕੀਤਾ ਸੀ। ਨੈਕਸਟ ਹੈ, ਹੂ ਇਜ਼ ਦਾ ਆਥਰ ਆਫ ਈਨ ਏ ਅਕਬਰੀ? ਈਨ ਏ ਅਕਬਰੀ ਦੇ ਆਥਰ ਕੌਣ ਸੀ? ਈਨ ਏ ਅਕਬਰੀ, ਜਿਸ ਨੂੰ ਕਿ ਐਡਮਿਨਿਸਟ੍ਰੇਸ਼ਨ ਆਫ ਅਕਬਰ ਵੀ ਕਿਹਾ ਜਾਂਦਾ ਹੈ, ਇਹ ਇੱਕ ਡਿਟੇਲ ਡਾਕੂਮੈਂਟ ਹੈ ਜਿਸ ਦੇ ਵਿੱਚ ਕਿ ਮੁਗਲ ਇੰਪਾਇਰ ਜੋ ਅਕਬਰ ਹੈ ਉਸ ਦੇ ਐਡਮਿਨਿਸਟ੍ਰੇਸ਼ਨ ਦੇ ਬਾਰੇ ਸਭ ਕੁਛ ਦੱਸਿਆ ਹੋਇਆ ਹੈ। ਇਹ ਕਿਸਨੇ ਲਿਖਿਆ ਸੀ? ਇਹ ਲਿਖਿਆ ਸੀ ਅਕਬਰ ਦੇ ਕੋਰਟ ਹਿਸਟੋਰੀਅਨ ਅਬੁਲ ਫੈਜ਼ਲ ਨੇ। ਤਾਂ ਇਸਦਾ ਆਂਸਰ ਆਏਗਾ ਬੀ ਆਪਸ਼ਨ, ਅਬੁਲ ਫੈਜ਼ਲ। ਨੈਕਸਟ ਕੁਸ਼ਚਨ ਹੈ, ਦ ਸਰਹੰਦ ਕੈਨਲ ਕੈਰੀਜ਼ ਵਾਟਰ ਫਰੋਮ ਦਾ ਰਿਵਰ। ਜੋ ਸਰਹੰਦ ਕੈਨਲ ਹੈ ਉਹ ਕਿਹੜੇ ਰਿਵਰ ਤੋਂ ਵਾਟਰ ਲੈ ਕੇ ਆਉਂਦਾ? ਤਾਂ ਇਹ ਲੈ ਕੇ ਆਉਂਦਾ ਸਤਲੁਜ ਰਿਵਰ ਤੋਂ, ਇਹ ਆਪਸ਼ਨ। ਨੈਕਸਟ ਕੁਸ਼ਚਨ ਹੈ, ਦ ਚੇਅਰਮੈਨ ਆਫ ਦ ਪਬਲਿਕ ਅਕਾਊਂਟਸ ਕਮੇਟੀ ਆਫ ਦ ਪਾਰਲੀਮੈਂਟ ਅਪੁਆਇੰਟਿਡ ਬਾਈ। ਜੋ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਹੈ ਉਸਦਾ ਚੇਅਰਮੈਨ ਕੌਣ ਅਪੁਆਇੰਟ ਕਰਦੇ? ਤਾਂ ਉਸਦਾ ਚੇਅਰਮੈਨ ਅਪੁਆਇੰਟ ਕਰਦੇ ਦਾ ਸਪੀਕਰ ਆਫ ਲੋਕ ਸਭਾ, ਇਹ ਆਪਸ਼ਨ। ਦੇਖੋ, ਜੋ ਪਬਲਿਕ ਅਕਾਊਂਟਸ ਕਮੇਟੀ ਹੈ ਉਸਦੇ ਮੈਂਬਰ ਪਾਰਲੀਮੈਂਟ ਦੇ ਮੈਂਬਰਸ ਦੇ ਵਿੱਚੋਂ ਹੀ ਸਿਲੈਕਟ ਕੀਤੇ ਜਾਂਦੇ ਹੈ। ਨੈਕਸਟ ਕੁਸ਼ਚਨ ਹੈ, ਹਾਲੋਜ਼ ਆਰ ਸੀਨ ਅਰਾਊਂਡ ਦਾ ਸਨ ਐਂਡ ਮੂਨ ਥਰੂ ਐਨ। ਤਾਂ ਇਸ ਦਾ ਨਾਮ ਹੈ ਸੀਰੋਸਟ੍ਰੇਟਸ, ਸੀ ਆਪਸ਼ਨ। ਨੈਕਸਟ ਕੁਸ਼ਚਨ ਹੈ, ਅ ਸੋਲਰ ਇਕਲਿਪਸ ਅਕਰ ਵੈਨ ਦ। ਸੋਲਰ ਇਕਲਿਪਸ ਕਦੋਂ ਅਕਰ ਕਰਦਾ? ਦੇਖੋ, ਸੋਲਰ ਇਕਲਿਪਸ ਉਦੋਂ ਅਕਰ ਕਰਦਾ ਜਦੋਂ ਮੂਨ ਹੁੰਦਾ ਜੋ ਉਹ ਅਰਥ ਤੇ ਸਨ ਦੇ ਵਿਚਾਲੇ ਹੁੰਦਾ, ਤੇ ਦੂਸਰਾ ਸੋਲਰ ਇਕਲਿਪਸ ਉਸ ਟਾਈਮ ਤੇ ਅਕਰ ਕਰਦਾ ਜਦੋਂ ਮੂਨ ਡਾਇਰੈਕਟਲੀ ਸਨ ਤੇ ਅਰਥ ਦੇ ਵਿੱਚੋਂ ਦੇ ਲੰਘਦਾ, ਤੇ ਜੋ ਉਹਦੀਆਂ ਸ਼ੈਡੋਜ਼ ਹੁੰਦੀਆਂ ਉਹ ਅਰਥ ਦੇ ਸਰਫੇਸ ਤੇ ਪੈਂਦੀਆਂ। ਤਾਂ ਇਸਦਾ ਆਨਸਰ ਆਏਗਾ ਡੀ ਆਪਸ਼ਨ, ਬੋਥ ਬੀ ਐਂਡ ਸੀ। ਬੀ ਆਪਸ਼ਨ ਦੇ ਵਿੱਚ ਆਪਾਂ ਨੂੰ ਇਹੀ ਦਿੱਤਾ ਹੋਇਆ ਕਿ ਜੋ ਮੂਨ ਹੈ ਜਦੋਂ ਉਹ ਅਰਥ ਤੇ ਸਨ ਦੇ ਵਿੱਚ ਹੁੰਦੇ, ਅਤੇ ਸੀ ਆਪਸ਼ਨ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਕਿ ਜੋ ਮੂਨ ਹੈ ਉਹ ਸਨ ਤੇ ਅਰਥ ਦੇ ਵਿੱਚੋਂ ਡਾਇਰੈਕਟਲੀ ਪਾਸ ਕਰਦੇ, ਅਤੇ ਉਸਦੀ ਸ਼ੈਡੋ ਹੈ ਜੋ ਉਹ ਅਰਥ ਸਰਫੇਸ ਤੇ ਪੈਂਦੀ ਹੈ। ਤਾਂ ਇਸ ਆਨਸਰ ਆਇਆ ਡੀ ਆਪਸ਼ਨ। ਨੈਕਸਟ ਕੁਸ਼ਚਨ ਹੈ, ਵਿਚ ਆਫ ਦ ਫੋਲੋਇੰਗ ਇਜ਼ ਅ ਰਿਵਰਾਈਨ ਪੋਰਟ? ਇਹਨਾਂ ਦੇ ਵਿੱਚੋਂ ਕਿਹੜਾ ਰਿਵਰਾਈਨ ਪੋਰਟ ਹੈ? ਦੇਖੋ, ਰਿਵਰਾਈਨ ਪੋਰਟ ਕਿਹੜੇ ਹੁੰਦੇ ਹੈ? ਰਿਵਰਾਈਨ ਪੋਰਟ ਹੁੰਦੇ ਹੈ ਜੋ ਹੁੰਦੇ ਹੈ ਔਨ ਦਾ ਰਿਵਰ ਫਰੰਟ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਰਿਵਰਾਈਨ ਪੋਰਟ। ਇੰਡੀਆ ਦੇ ਵਿੱਚ ਰਿਵਰਾਈਨ ਪੋਰਟ ਹੈ ਕੋਲਕਾਤਾ ਪੋਰਟ। ਤਾਂ ਇਸਦਾ ਆਂਸਰ ਆਏਗਾ ਏ ਆਪਸ਼ਨ, ਕੋਲਕਾਤਾ। ਨੈਕਸਟ ਹੈ, ਅ ਲਾਰਜ ਮੋਲੀਕਿਊਲ ਵਿਦ ਮੈਨੀ ਰਿਪੀਟਿੰਗ ਸਟਰਕਚਰ ਯੂਨਿਟ ਇਜ਼ ਅ। ਆਪਾਂ ਨੇ ਉਸ ਲਾਰਜ ਮੋਲੀਕਿਊਲ ਦਾ ਨਾਮ ਦੱਸਣਾ ਹੈ ਜਿਸ ਦੇ ਵਿੱਚ ਕਿ ਰਿਪੀਟਿੰਗ ਸਟਰਕਚਰ ਯੂਨਿਟਸ ਹੁੰਦੇ ਹੈ, ਤਾਂ ਉਸਦਾ ਨਾਮ ਹੈ ਪੋਲੀਮਰ, ਏ ਆਪਸ਼ਨ। ਤੇ ਜੋ ਰਿਪੀਟਿੰਗ ਸਟਰਕਚਰ ਯੂਨਿਟ ਹੁੰਦੇ ਹੈ ਉਸ ਨੂੰ ਕਹਿੰਦੇ ਹੈ ਮੋਨੋਮਰਸ, ਬਟ ਜੋ ਲਾਰਜ ਮੋਲੀਕਿਊਲ ਹੁੰਦੇ ਉਸ ਨੂੰ ਕਹਿੰਦੇ ਹੈ ਪੋਲੀਮਰ। ਨੈਕਸਟ ਕੁਸ਼ਚਨ ਹੈ, ਦ ਟ੍ਰਾਂਜੀਸ਼ਨ ਮੈਟਲ ਕੰਪਾਊਂਡਸ ਆਰ ਯੂਜਲੀ। ਜੋ ਟ੍ਰਾਂਜੀਸ਼ਨ ਮੈਟਲਸ ਹੁੰਦੇ ਹੈ ਉਹ ਯੂਜਲੀ ਕੀ ਹੁੰਦੇ ਹੈ? ਉਹ ਹੁੰਦੇ ਹੈ ਯੂਜਲੀ ਕਲਰਡ, ਸੀ ਆਪਸ਼ਨ। ਨੈਕਸਟ ਕੁਸ਼ਚਨ ਹੈ, ਅਰੇਂਜ ਦ ਫੋਲੋਇੰਗ ਸਿਟੀਜ਼ ਫਰੋਮ ਈਸਟ ਟੂ ਵੈਸਟ। ਆਪਾਂ ਨੇ ਇਹਨਾਂ ਸਿਟੀਜ਼ ਨੂੰ ਈਸਟ ਟੂ ਵੈਸਟ ਲਗਾਉਣਾ। ਤਾਂ ਦੇਖੋ, ਮੈਪ ਦਿੱਤਾ ਹੋਇਆ ਪੰਜਾਬ ਦਾ, ਤਾਂ ਇਹਦੇ ਵਿੱਚ ਦੇਖੋ ਕਿ ਜੇ ਆਪਾਂ ਈਸਟ ਤੋਂ ਵੈਸਟ ਜਾਣਾ ਸਟਾਰਟ ਕਰੀਏ ਤਾਂ ਕੀ ਕਿਵੇਂ ਕਿਵੇਂ ਆਏਗਾ। ਦੇਖੋ, ਫਸਟ ਹੈ ਲੁਧਿਆਣਾ, ਫਿਰ ਆਏਗਾ ਬਰਨਾਲਾ, ਫਿਰ ਆਏਗਾ ਮਾਨਸਾ, ਅਤੇ ਫਿਰ ਆਏਗਾ ਸਰਦੂਲਗੜ੍ਹ। ਤਾਂ ਇਸ ਆਨਸਰ ਆਏਗਾ ਏ ਆਪਸ਼ਨ, 1, 2, 3, 4। ਨੈਕਸਟ ਕੁਸ਼ਚਨ ਹੈ, ਦ ਟਰਮ ਰਿਗਰ ਰੈਫਰਸ ਟੂ। ਰਿਗਰ ਟਰਮਸ ਦਾ ਕੀ ਮਤਲਬ ਹੈ? ਰਿਗਰ ਦਾ ਦੂਸਰਾ ਨਾਮ ਹੈ ਬਲੈਕ ਕਾਟਨ ਸੋਇਲ, ਸੀ ਆਪਸ਼ਨ। ਨੈਕਸਟ ਕੁਸ਼ਚਨ ਹੈ, ਵਾਈਲ ਟਰੈਵਲਿੰਗ ਫਰੋਮ ਈਸਟ ਟੂ ਵੈਸਟ ਵਨ ਕੈਨ ਰਿਮੇਨ। ਜਦੋਂ ਆਪਾਂ ਈਸਟ ਟੂ ਵੈਸਟ ਟਰੈਵਲ ਕਰਦੇ ਹਾਂ ਤਾਂ ਕੀ ਹੋਏਗਾ? ਆਪਾਂ ਹੋਵਾਂਗੇ ਸੇਮ ਲੈਟੀਟਿਊਡ ਦੇ। ਤਾਂ ਇਸ ਦਾ ਆਨਸਰ ਆਏਗਾ ਔਨ ਦਾ ਸੇਮ ਲੈਟੀਟਿਊਡ। ਹੁਣ ਦੇਖੋ, ਜੋ ਇੱਕ ਛੋਟੀ ਜਿਹੀ ਤੁਹਾਨੂੰ ਅਰਥ ਦੀ ਸ਼ੇਪ ਦੇ ਵਿੱਚ ਸ਼ੋਅ ਹੋ ਰਹੀ ਹੈ, ਤਾਂ ਕੁਛ ਲੈਟੀਟਿਊਡ ਲੋਂਗੀਟਿਊਡ ਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਸਟਰਕਚਰ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਥੇ। ਦੇਖੋ, ਜੋ ਹੁੰਦੇ ਅਪਰ ਟੂ ਲੋਅਰ, ਮਤਲਬ ਜੋ ਹੁੰਦੇ ਨੌਰਥ ਤੋਂ ਸਾਊਥ ਦੇ ਵਿੱਚ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਲੋਂਗੀਟਿਊਡ, ਅਤੇ ਜਿਹੜੇ ਹੁੰਦੇ ਈਸਟ ਤੋਂ ਵੈਸਟ ਦੇ ਵਿੱਚ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਲੈਟੀਟਿਊਡ। ਤਾਂ ਦੇਖੋ, ਇਹ ਹੋਏ ਲੈਟੀਟਿਊਡਸ।
ਹੁਣ ਜੇ ਆਪਾਂ ਈਸਟ ਤੋਂ ਵੈਸਟ ਟਰੈਵਲ ਕਰਾਂਗੇ ਤਾਂ ਆਪਾਂ ਸੇਮ ਲੈਟੀਟਿਊਡ ਤੇ ਰਵਾਂਗੇ, ਬਟ ਲੋਂਗੀਟਿਊਡ ਚੇਂਜ ਹੁੰਦੇ ਰਹਿਣਗੇ ਅੱਗੇ ਅੱਗੇ ਡਿਸਟੈਂਸ ਤੇ ਆ ਕੇ। ਤਾਂ ਇਸ ਦਾ ਆਨਸਰ ਆਇਆ ਏ ਆਪਸ਼ਨ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਇਜ਼ ਟਰੂ ਵਿਦ ਰੈਫਰੈਂਸ ਟੂ ਦਾ ਸਾਊਂਡ ਵੇਵਸ। ਸਾਊਂਡ ਵੇਵਸ ਦੇ ਬਾਰੇ ਇਹਨਾਂ ਦੇ ਵਿੱਚੋਂ ਕੀ ਟਰੂ ਹੈ? ਇਹਨਾਂ ਦੇ ਵਿੱਚੋਂ ਟਰੂ ਹੈ ਫਸਟ ਆਪਸ਼ਨ ਕਿ ਹਿਊਮਨ ਈਅਰ ਹੈ ਜੋ ਉਹ 20 Hz ਤੋਂ ਲੈ ਕੇ 20,000 Hz ਦੇ ਵਿੱਚ ਸਾਊਂਡ ਨੂੰ ਸੁਣ ਸਕਦਾ। ਤਾਂ ਇਸ ਦਾ ਆਨਸਰ ਆਇਆ ਏ ਆਪਸ਼ਨ, ਹਿਊਮਨ ਈਅਰ ਇਜ਼ ਕੈਪੇਬਲ ਆਫ ਡਿਟੈਕਟਿੰਗ ਸਾਊਂਡ ਵੇਵਸ ਰੇਂਜਿੰਗ ਬਿਟਵੀਨ 20 Hz ਟੂ 20,000 Hz। ਨੈਕਸਟ ਕੁਐਸਚਨ ਹੈ, ਵਿਚ ਆਰ ਦ ਫੋਲੋਇੰਗ ਰੂਲਰਸ ਕਨਫਰਮਡ ਰਣਜੀਤ ਸਿੰਘ ਇਜ਼ ਅ ਗਵਰਨਰ ਆਫ ਲਾਹੌਰ ਇਨ 1799। ਇਹਨਾਂ ਦੇ ਵਿੱਚੋਂ ਕਿਹੜੇ ਰੂਲਰ ਨੇ 1799 ਦੇ ਵਿੱਚ ਰਣਜੀਤ ਸਿੰਘ ਨੂੰ ਗਵਰਨਰ ਆਫ ਲਾਹੌਰ ਕਨਫਰਮ ਕੀਤਾ ਸੀ? ਤਾਂ ਇਹ ਕੀਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ, ਬੀ ਆਪਸ਼ਨ। ਨੈਕਸਟ ਕੁਐਸਚਨ ਹੈ, ਵਿਚ ਡਿਸਟ੍ਰਿਕਟ ਆਫ ਪੰਜਾਬ ਹੈਜ਼ ਲਾਰਜੈਸਟ ਪਾਪੂਲੇਸ਼ਨ ਅਕੋਰਡਿੰਗ ਟੂ ਦਾ ਸੈਂਸਸ ਆਫ ਇੰਡੀਆ 2011। 2011 ਦੇ ਸੈਂਸਿਸ ਦੇ ਅਕੋਰਡਿੰਗ ਪੰਜਾਬ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਲਾਰਜੈਸਟ ਪਾਪੂਲੇਸ਼ਨ ਹੈ? ਤਾਂ ਇਹ ਹੈ ਲੁਧਿਆਣਾ ਦੇ ਵਿੱਚ। ਨੈਕਸਟ ਕੁਐਸਚਨ ਹੈ, ਹੂ ਅਮੰਗ ਦ ਫੋਲੋਇੰਗ ਵਾਸ ਪਾਪੂਲਰਲੀ ਨੋਨ ਐਜ਼ ਪੰਜਾਬ ਕੇਸਰੀ। ਇਹਨਾਂ ਦੇ ਵਿੱਚੋਂ ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਪੰਜਾਬ ਕੇਸਰੀ ਕਿਹਾ ਜਾਂਦਾ ਹੈ ਲਾਲਾ ਲਾਜਪਤ ਰਾਏ ਜੀ ਨੂੰ। ਤਾਂ ਇਸ ਦਾ ਆਨਸਰ ਆਇਆ ਬੀ ਆਪਸ਼ਨ, ਲਾਲਾ ਲਾਜਪਤ ਰਾਏ। ਨੈਕਸਟ ਕੁਐਸਚਨ ਹੈ, ਪੰਜਾਬ ਸ਼ੇਅਰਸ ਇਟਸ ਬਾਰਡਰ ਵਿਦ ਹਾਊ ਮੈਨੀ ਸਟੇਟਸ। ਪੰਜਾਬ ਕਿੰਨੇ ਸਟੇਟਸ ਨਾਲ ਬਾਰਡਰ ਸ਼ੇਅਰ ਕਰਦਾ? ਦੇਖੋ, ਪੰਜਾਬ ਕਿਹਦੇ ਕਿਹਦੇ ਨਾਲ ਬਾਰਡਰ ਸ਼ੇਅਰ ਕਰਦਾ? ਇਹ ਕਰਦਾ ਜੰਮੂ ਐਂਡ ਕਸ਼ਮੀਰ ਨਾਲ, ਰਾਜਸਥਾਨ ਨਾਲ, ਹਰਿਆਣਾ ਨਾਲ ਅਤੇ ਹਿਮਾਚਲ ਪ੍ਰਦੇਸ਼ ਨਾਲ। ਤਾਂ ਕਿੰਨੀਆਂ ਸਟੇਟਸ ਹੋਈਆਂ? 4। ਤਾਂ ਇਸਦਾ ਆਨਸਰ ਆਏਗਾ ਬੀ ਆਪਸ਼ਨ, 4। ਨੈਕਸਟ ਕੁਐਸਚਨ ਹੈ, ਹੂ ਇਜ਼ ਦਾ ਕ੍ਰੀਏਟਰ ਆਫ ਆਈਕੋਨਿਕ ਰੌਕ ਗਾਰਡਨ? ਰੌਕ ਗਾਰਡਨ ਦਾ ਕ੍ਰੀਏਟਰ ਕੌਣ ਹੈ? ਤਾਂ ਇਹ ਹੈ ਨੇਕ ਚੰਦ, ਡੀ ਆਪਸ਼ਨ। ਨੈਕਸਟ ਕੁਐਸਚਨ ਹੈ, ਵਿਚ ਵਨ ਆਫ ਦ ਫੋਲੋਇੰਗ ਵੈਟਲੈਂਡ ਇਜ਼ ਨੋਟ ਇਨ ਪੰਜਾਬ? ਫਸਟ ਹੈ ਰੁਦਰਾ ਸਾਗਰ। ਦੇਖੋ, ਰੁਦਰਾ ਸਾਗਰ ਪੰਜਾਬ ਦੇ ਵਿੱਚ ਨਹੀਂ ਹੈ, ਰੁਦਰਾ ਸਾਗਰ ਵੈਟਲੈਂਡ ਹੈ ਤ੍ਰਿਪੁਰਾ ਦੇ ਵਿੱਚ। ਨੈਕਸਟ, ਹਰੀਕੇ, ਰੋਪੜ ਅਤੇ ਕਾਂਜਲੀ ਵੈਟਲੈਂਡ ਪੰਜਾਬ ਦੀਆਂ ਵੈਟਲੈਂਡਸ ਹੈ। ਤਾਂ ਇਸ ਦਾ ਆਨਸਰ ਆਏਗਾ ਏ ਆਪਸ਼ਨ, ਰੁਦਰਾ ਸਾਗਰ। ਤਾਂ ਇੱਥੇ ਆਪਾਂ ਇਸ ਵੀਡੀਓ ਦਾ ਐਂਡ ਕਰਦੇ ਹਾਂ। ਇਸ ਵੀਡੀਓ ਵਿੱਚ ਇੰਨਾ ਹੀ, ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਨੈਕਸਟ ਵੀਡੀਓ ਵਿੱਚ ਆਪਾਂ ਇਹੀ ਕੁਐਸਚਨਸ ਕੰਟੀਨਿਊ ਕਰਾਂਗੇ। ਜੇਕਰ ਤੁਹਾਨੂੰ ਕੋਈ ਡਾਊਟ ਹੈ ਜਾਂ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਈਮੇਲ ਆਈ ਡੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ। ਦੇਖੋ, ਜੋ ਮੇਲ ਹੈ ਉਹ ਜ਼ਰੂਰੀ ਨਹੀਂ ਕਿ ਤੁਸੀਂ ਇੰਗਲਿਸ਼ ਦੇ ਵਿੱਚ ਹੀ ਕਰੋ। ਤੁਸੀਂ ਮੈਨੂੰ ਮੇਲ ਕਿਸੇ ਵੀ ਲੈਂਗੁਏਜ ਦੇ ਵਿੱਚ ਕਰ ਸਕਦੇ ਹੋ, ਪੰਜਾਬੀ, ਇੰਗਲਿਸ਼ ਅਤੇ ਹਿੰਦੀ, ਜਿਸ ਦੇ ਵਿੱਚ ਵੀ ਤੁਹਾਨੂੰ ਕੰਫਰਟੇਬਲ ਲੱਗੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ। ਅਤੇ ਜੇਕਰ ਤੁਹਾਨੂੰ ਇਹ ਵੀਡੀਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ ਦੀ ਸਟੱਡੀ ਮੀਟਰ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਅਤੇ ਨਾਲ ਇੱਕ ਬੈਲ ਆਈਕਨ ਹੈ ਉਸਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਥੈਂਕ ਯੂ।